ਪਹਿਲਾਂ ਗੰਨੇ ਦੀ ਹਾਈਟ ਦੇਖੋ, ਹਾਈਟ ਕਿਆ ਕਹਿੰਦੀ ਆ, ਫਿਰ ਤੁਹਾਨੂੰ ਦੱਸਦਿਆਂ ਦਾ ਝਾੜ ਕਿਆ ਏ ਔਰ ਵਿੱਚ ਇਹਦੇ ਕਿਹੜੀ ਫਸਲ ਬੀਜੀ ਹੋਈ ਤੀ। ਦੇਖੋ ਹਾਈਟ ਮਿੱਤਰੋ, ਇਹ ਹੈਗਾ ਬੀਜ 38। ਆਗ ਦੇਖੋ ਕਿੰਨੇ ਸੋਹਣੇ ਆ ਇਹਦੇ, ਪੂਰੇ ਬੈਸਟ ਹਰੇ ਕਚੂਰ ਪਏ ਆ ਆਗ। ਹਵਾ ਆਉਣ ਦੇ ਕਰਕੇ ਇਹ ਗਿਰ ਗਿਆ ਤਾਂ ਦੁਬਾਰੇ ਫੇਰ ਬਣਾਇਆ, ਵਿੱਚ ਵਿੱਚ ਤੇ ਸਾਰਾ ਨਹੀਂ, ਵਿੱਚ ਵਿੱਚ ਤੇ ਟੇਢਾ ਮੇਢਾ ਹੋ ਗਿਆ। ਤਾਂ ਝਾੜ ਦੀ ਗੱਲ ਕਰੀਏ ਤਾਂ ਪੂਰਾ ਫੁੱਲ ਵਧੀਆ ਝਾੜ ਆ, ਇੱਕ ਤੀ ਰੇਟ ਵੀ ਠੀਕ ਆ। ਚਲੋ ਖਰਚਾ ਤਾਂ ਆਉਂਦਾ ਹੀ ਆਉਂਦਾ ਗੰਨੇ ਪਰ ਫਿਰ ਵੀ ਝਾੜ ਵੱਲੋਂ ਜੇ ਵਧੀਆ ਕਰ ਜਾਵੇ ਤਾਂ ਵਧੀਆ ਗੱਲ ਹੈ। ਇਹਦੇ ਵਿੱਚ ਕਣਕ ਦੀ, ਕਣਕ ਵਾਲਾ ਗੰਨਾ ਤੁਸੀਂ ਦੇਖ ਸਕਦੇ ਆ। ਹਾਈਟ ਮੇਰੇ ਹਿਸਾਬ ਦੇ ਨਾਲ ਇਕੱਲਾ ਗੰਨਾ 8-10 ਫੁੱਟ ਹੋਊਗਾ। ਉਹਦੇ ਬਾਅਦ ਵਿੱਚ ਆਗ ਸ਼ੁਰੂ ਹੁੰਦੇ ਆ, ਫਿਰ 38 ਗੰਨਾ ਅਗੇਤਾ ਗੰਨਾ। ਜ਼ਮੀਨ ਹੈ ਜਿਹੜੀ ਰੇਤਲੀ ਹੈ, ਪੂਰੀ ਰੇਤਲੀ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਗੰਨਾ ਹੁੰਦਾ ਡਾਕਰ ਨਾਲੋਂ। ਦੇਖੋ ਪਟਾਓ, ਠੀਕ ਹੈ ਜੀ। ਹੁਣ ਝਾੜ ਦੀ ਗੱਲ ਕਰਦੇ ਹਾਂ, ਝਾੜ ਇਹਦਾ ਪ੍ਰਤੀ ਕਿੱਲਾ 450 ਨਿਕਲਿਆ, 450 ਰਿਹਾ ਝਾੜ। ਉਹਦੇ ਬਾਅਦ ਵਿੱਚ ਕਣਕ ਵੀ ਹੋ ਗਈ, ਇਹਦੇ 'ਚ ਪੱਕੀ ਫਸਲ ਆ। ਜੀਰੀ ਕਣਕ ਨਾਲੋਂ ਬਹੁਤ ਜ਼ਿਆਦਾ ਬੈਸਟ ਫਸਲ ਆ ਜੇ ਪੈਸੇ ਆਈ ਜਾਣ। ਜੇ ਹਾਂ ਪੈਸੇ ਨਹੀਂ ਆਉਂਦੇ ਫਿਰ ਜੀਰੀ ਕਣਕ ਨਾਲੋਂ ਵੀ ਮਾੜੀ ਫਸਲ ਹੈ, ਕਿਉਂਕਿ ਲੇਬਰ ਦੇ ਪਹਿਲਾਂ ਦੇਣੇ ਪੈਂਦੇ ਆ, ਰੇਹਾਂ ਸਪਰੇਹਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਖਰਚਾ ਆਉਂਦਾ, ਠੀਕ ਹੈ ਜੀ। ਹਰੇਕ ਬੰਦਾ ਲਿਮਟਾਂ ਚੱਕ ਕੇ ਆਪਣੇ ਖਰਚਾ ਪੱਤਾ ਚਲਾਉਂਦਾ ਖੇਤੀਬਾੜੀ ਦਾ, ਲਿਮਟਾਂ ਦਾ ਵਿਆਜ ਲਾ ਲਓ ਤੁਸੀਂ, ਠੀਕ ਹੈ ਜੀ। ਫਿਰ ਲੈ ਕੇ ਜਾਣਾ ਮਿੱਲ ਦੇ ਵਿੱਚ, ਉਹਦਾ ਖਰਚਾ, ਫਿਰ ਰਾਤਾਂ ਕੱਟਣੀਆਂ, ਉਹ ਦੇਖ ਲਓ ਕਿੰਨਾ ਹੈ ਨਾ ਹਾਰਡ ਵਰਕ ਆ। ਸਰਕਾਰੀ ਮਿੱਲਾਂ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ, ਸਾਲ ਸਾਲ ਲੰਘ ਜਾਂਦਾ, ਸਾਲ ਸਾਲ ਬਾਅਦ ਜੱਟਾਂ ਨੂੰ ਆਪਣੇ ਉਹ ਪੈਸੇ ਨਹੀਂ ਮਿਲਦੇ। ਵਿਆਜ ਤਾਂ ਚਲੋ ਕਿਆ ਮਿਲਣਾ, ਪੈਸੇ ਵੀ ਨਹੀਂ ਮਿਲਦੇ ਹੈ ਨਾ, ਕਿ ਵਿਆਜ ਲੱਗ ਕੇ ਪੈਸੇ ਆ ਜਾਣ, ਉਹ ਵੀ ਨਹੀਂ ਹੁੰਦਾ ਹੈਗਾ। ਬਹੁਤ ਸੋਹਣਾ ਗੰਨਾ, 38 ਗੰਨਾ ਇਹ, ਹਾਈਟ ਦੇਖੋ ਲਓ, ਅਸਮਾਨ ਨਾਲ ਗੱਲਾਂ ਕਰਦਾ ਇਹ ਪੂਰੀਆਂ। ਇੱਦਾਂ ਸਰੋਂ ਵੀ ਹੋ ਸਕਦੀ ਆ, ਕਣਕ ਨਹੀਂ ਬੀਜਣੀ ਜੇ ਕਣਕ ਨਾਲ ਥੋੜ੍ਹਾ ਜਿਹਾ ਦੱਬਦਾ ਗੰਨਾ, ਪਰ ਸਰੋਂ ਬੀਜ ਲਿਓ ਉਹਦੇ ਨਾਲ ਘੱਟ ਦੱਬਦਾ, ਰੇਟ ਵੀ ਸੋਹਣਾ ਸਰੋਂ ਦਾ। ਬਾਕੀ MSP ਨਾ ਹੋਣ ਕਰਕੇ ਕੁਛ ਨਹੀਂ ਕਹਿ ਸਕਦੇ ਕਿ ਸਰੋਂ ਦਾ ਰੇਟ ਆ ਜਿਹੜਾ ਥੱਲੇ ਜਾਊ ਉੱਪਰ ਜਾਊ ਕਿਵੇਂ ਜਾਊ, ਹੈ ਨਾ। ਪਿਛਲੀ ਵਾਰ ਤਾਂ ਕਿਸਾਨ ਸਾਰੇ ਵਧੀਆ ਤਰੀਕੇ ਨਾਲ, ਹੈ ਨਾ, ਕਿ ਪੈਸੇ ਬਣੇ ਆ ਸਭ ਨੂੰ, ਰੇਟ 6,000-6,500 ਦੇ ਵਿੱਚ ਵਿੱਚ ਰਿਹਾ। ਹੁਣ ਕਹਾਂ ਨੂੰ ਕਹਿ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਗੰਨਾ ਬੀਜ ਹੋਇਆ ਵਾ ਰਕਬਾ ਅਤੇ ਸਰੋਂ, ਤਾਂ ਕਰਕੇ ਸਰੋਂ ਦੇ ਰੇਟ ਘਟਣ ਦੇ ਅਸਾਰ ਆ। ਉੱਦਾਂ ਸਟੋਰ ਕਰਕੇ ਤੁਸੀਂ ਰੱਖ ਸਕਦੇ ਆ, ਖਰਾਬ ਘੱਟ ਹੁੰਦੀ ਆ ਸਰੋਂ, ਠੀਕ ਹੈ ਜੀ। ਰਕਬਾ ਹੋਣ ਕਰਕੇ ਰੇਟ ਘਟਣ ਦੇ ਅਸਾਰ ਆ। ਐਕਤੀ ਗੰਨਾ ਬਹੁਤ ਜ਼ਿਆਦਾ ਹੋਇਆ ਕਿਉਂਕਿ ਜੀਰੀ ਨੇ ਬਹੁਤ ਜ਼ਿਆਦਾ ਲੌਸ ਕਰਿਆ ਜੱਟਾਂ ਦਾ, ਉਹ ਤੋਂ ਪਹਿਲਾਂ ਕਣਕ ਨੇ ਬਹੁਤ ਜ਼ਿਆਦਾ ਲੌਸ ਕਰਿਆ। ਦੋ ਫਸਲਾਂ ਹੋ ਗਈਆਂ ਜਿਹੜੀਆਂ ਲੌਸ ਦੇ ਵਿੱਚ ਜਾ ਰਹੀਆਂ, ਘਾਟਾ ਪਾ ਰਹੀਆਂ ਫਸਲੀ ਚੱਕਰ ਦੇ ਵਿੱਚ। ਇਹ ਇੱਕ ਬਦਲ ਆ, ਬਹੁਤ ਸੋਹਣਾ ਬਦਲ ਆ ਜੇ ਪੈਸੇ ਆਈ ਜਾਣ। ਪ੍ਰਾਈਵੇਟ ਮਿੱਲਾਂ ਦਾ ਸਾਨੂੰ ਪਤਾ ਨਹੀਂ ਹੈਗਾ ਕਿਉਂਕਿ ਸਾਡੇ ਨੇੜੇ ਪ੍ਰਾਈਵੇਟ ਮਿੱਲ ਲੱਗਦੀ ਨਹੀਂ, ਨਾ ਕੋਈ ਐਡੀ ਵਾਰਤਾਲਾਪ ਆ। ਸਰਕਾਰੀ ਮਿੱਲ ਦਾ ਬਹੁਤ ਬੁਰਾ ਹਾਲ ਆ, ਧਰਨੇ 'ਤੇ ਬਿਨਾਂ ਤਾਂ ਪੈਸੇ ਆ ਹੀ ਨਹੀਂ ਸਕਦੇ, ਪਹਿਲਾਂ ਧਰਨੇ ਲਾਉਣੇ ਪੈਂਦੇ ਆ, ਰੋਡ ਜਾਮ ਕਰਨੇ ਪੈਂਦੇ ਆ, ਤਾਂ ਕਰਕੇ ਪੈਸੇ ਆਉਂਦੇ ਆ, ਠੀਕ ਆ।
मैं ये जानकारी दत्ती आ। मैं ये नहीं कहता कि गन्ना बीज दो सारे ही अपना है ना, जां कणक बीज दो। मैं थोनू एक जानकारी दत्ती आ कि एक धंधा भी ये फसल भी वधिया जे पैसे आई जान, नहीं तो फिर लेबर नू अपने पल्ले से दो, तेल का खर्चा, रेह का खर्चा, स्परेहां का खर्चा, ठीक है जी, जेड़े पानी लाने हैं और मिल दे विच दो तीन रातां कट्टनियां भीड़ ज़्यादा होण करके, फिर वो लै दी अपनी है ना हार्डवर्क। चलो ठीक है जी, मिलते हैं अगले ब्लॉग दे विच, चैनल सबसक्राइब कर दिओ, लव जू है थोनू सारयां नू, तरक्कियां बख्शे बाबा थोनू सारयां नू।